ਦੋਸਤੋ ਪਿਛਲੇ ਸਾਲ ਬੜੇ ਜ਼ਿਆਦੇ ਜ਼ਿਮੀਦਾਰਾਂ ਨੂੰ ਇਹ ਦਿੱਕਤ ਆਈ ਸੀ ਕਣਕ ਦੇ ਵਿੱਚ ਕਿ ਸੁਪਰ ਸੀਡਰ ਦੇ ਨਾਲ ਜਿੰਨਾ ਜਿੰਨਾ ਜ਼ਿਮੀਦਾਰਾਂ ਨੇ ਵੀ ਕਣਕ ਬੀਜੀ ਸੀ ਬਹੁਤਿਆਂ ਦੀ ਉਹਦੇ ਵਿੱਚੋਂ ਵਿਰਲੀ ਉੱਗੀ ਸੀ ਦੁਬਾਰੇ ਉਹਦੇ ਵਿੱਚ ਬੀ ਪਾਉਣੇ ਪਏ ਸੀ ਜਾਂ ਫਿਰ ਕਈਆਂ ਦੀ ਤਾਂ ਬਿਲਕੁਲ ਹੀ ਨਹੀਂ ਉੱਗੀ ਸੀ ਉਹਨਾਂ ਪੈਲੀਆਂ ਨੂੰ ਫਿਰ ਭਰ ਕੇ ਦੁਬਾਰੇ ਉਹਨਾਂ ਦੇ ਵਿੱਚ ਕਣਕ ਬੀਜਣੀ ਪਈ ਸੀ ਇਹ ਜਿਹੜੀ ਕਣਕ ਬੀਜੀਏ ਇਹ ਵੀ ਸੁਪਰ ਸੀਡਰ ਦੇ ਨਾਲ ਹੀ ਬੀਜੀਏ ਤੁਸੀਂ ਵੇਖ ਸਕਦੇ ਹੋ ਤੇ ਲਗਭਗ 60% ਜਿਹੜੀ ਪਰਾਲੀਏ ਉਹ ਵਿੱਚ ਹੀ ਇਸ ਜ਼ਮੀਨ ਦੇ ਪਰੇ ਜਿਹੜੀ ਕਣਕ ਬਿਲਕੁਲ ਹਰ ਇੱਕ ਦਾਣਾ ਇਹਦਾ ਉੱਗਿਆ ਹੈ ਸੋ ਜਿਗਰ ਤੁਸੀਂ ਵੀ ਸੁਪਰ ਸੀਡਰ ਦੇ ਨਾਲ ਬਜਾਈ ਕੀਤੀ ਹੈ ਜਾਂ ਕਰਨੀ ਹੈ ਜਾਂ ਕਰਨ ਦਾ ਵਿਚਾਰ ਬਣਾਉਂਦੇ ਹੋ ਤਾਂ ਵੀਡੀਓ ਤੁਸੀਂ ਬਿਲਕੁਲ ਧਿਆਨ ਦੇ ਨਾਲ ਵੇਖਿਓ ਜੇ ਆਪਾਂ ਤੁਹਾਨੂੰ ਦੱਸਾਂਗੇ ਕਿਹੜੀਆਂ-ਕਿਹੜੀਆਂ ਉਹ ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕਾਰਨ ਕਣਕ ਦੇ ਦਾਣੇ ਜਿਹੜੇ ਨਿਕਾਟ ਉਗਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਦਾ ਸੁਪਰ ਸੀਡਰ ਜਦੋਂ ਨਵਾਂ ਬਹੁਤ ਸਾਰੇ ਜ਼ਿੰਮੇਦਾਰ ਲਿਆਉਂਦੇ ਨੇ YouTube ਦੇ ਉੱਤੋਂ ਵੀਡੀਓ ਵੰਦੇ ਨੇ ਉਹ ਜਿਹੜੇ ਡੈਮੋ ਵੰਦੇ ਨੇ ਉਹ ਡੈਮੋ ਜਿਹੜੇ ਪਹਿਲੇ ਨੰਬਰ ਤੇ ਜਿਹੜੀ ਗੱਲ ਆਪਣੇ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਉਹ ਜਿਹੜੇ ਡੈਮੋ ਨੇ ਉਹ ਤੁਹਾਡੀ ਜ਼ਮੀਨ ਦੇ ਵਾਸਤੇ ਤਾਂ ਬਿਲਕੁਲ ਹੀ ਉਹ ਜਿਹੜੀਆਂ ਚੀਜ਼ਾਂ ਨੇ ਪਾਸ ਨਹੀਂ ਹੋ ਜਾਂਦੀਆਂ ਉਹ ਡੈਮੋ ਕੋਈ ਵੀ ਕੰਪਨੀ ਜਦੋਂ ਕਰਦੀ ਹੈ ਤਾਂ ਉਹ ਬਹੁਤ ਹੀ ਜ਼ਿਆਦੀ ਗਿੱਲੀ ਜ਼ਮੀਨ ਦੇ ਵਿੱਚ ਹਮੇਸ਼ਾ ਡੈਮੋ ਕਰਦੇ ਨੇ ਤੁਸੀਂ ਕੋਈ ਵੀ ਵੀਡੀਓ ਕਿਸੇ ਵੀ ਕੰਪਨੀ ਦੀ ਵੇਖ ਲਿਓ ਜੇ ਤੇ ਉਹ ਜਿਹੜੀ ਡੈਮੋ ਕਰਦੇ ਨੇ ਉਹ ਕੰਪੈਨ ਦੇ ਬਿਲਕੁਲ ਮਗਰ ਕਰਦੇ ਨੇ ਝੋਨਾ ਵੱਢਣ ਤੋਂ ਤੁਰੰਤ ਬਾਅਦ ਹੀ ਉਹ ਜਿਹੜਾ ਸੁਪਰ ਸਿੱਡਰ ਚਲਾਇਆ ਜਾਂਦਾ ਹੈ ਤੇ ਆਪਾਂ ਵੇਖ ਵੇਖ ਕੇ ਖੁਸ਼ ਹੋਣੇ ਆ ਕਿ ਉਹ ਸਾਰੀਆਂ ਲੈਣਾ ਜੜੀਆਂ ਵਿੱਚੇ ਵਾਈ ਜਾਂਦਾ ਹੈ ਸੁਪਰ ਸੀਡਰ ਸਿੱਧਾ ਹੀ ਪਰ ਉਹ ਜਿਹੜਾ ਗਿੱਲਾ ਨਾੜ ਹੈ ਜਦੋਂ ਝੋਨੇ ਝੋਨਾ ਜਿਹੜਾ ਹੈ ਉਹਨੂੰ ਦਾ ਹਰ ਇੱਕ ਮਸ਼ੀਨ ਵਿੱਚ ਵਾਦੂਗੀ ਤੁਸੀਂ ਰੋਟਾਵੇਟਰ ਫੇਰ ਦੋਗੇ ਉਹ ਵੀ ਉਸ ਪਰਾਲੀ ਨੂੰ ਮਿਕਸ ਕਰ ਦੋਊਗੀ ਪਰ ਗੱਲ ਉਦੋਂ ਆਉਂਦੀ ਹੈ ਜਦੋਂ ਦੋ ਧੁੱਪਾਂ ਪੈ ਜਾਂਦੀਆਂ ਨੇ ਜਾਂ ਇੱਕ ਧੁੱਪ ਪੈ ਜਾਂਦੀ ਹੈ ਤਾਂ ਫਿਰ ਉਹ ਜਿਹੜੀ ਪਰਾਲੀ ਏ ਉਹ ਖੱਬੜ ਬਣਨੇ ਸ਼ੁਰੂ ਹੋ ਜਾਂਦੇ ਨੇ ਉਹ ਨਮੀ ਨੂੰ ਪਾਣੀ ਨੂੰ ਪੀਣਾ ਸ਼ੁਰੂ ਕਰ ਦਿੰਦੀ ਏ ਉਹ ਜਦੋਂ ਲੈਣਾ ਉਹ ਜਿਹੜੀ ਪਰਾਲੀ ਏ ਜਦੋਂ ਬਿਨਾਂ ਮਲਚਰ ਤੋਂ ਜਦ ਬਿਨਾ ਪਲਾਉ ਕੀਤੇ ਤੋਂ ਸਿੱਧਾ ਸੁਪਰ ਸੀਡਰ ਵਿੱਚ ਚਲਾਇਆ ਜਾਂਦਾ ਹੈ ਤੇ ਨਮੀ ਆਪਣੀ ਜ਼ਮੀਨ ਦੇ ਵਿੱਚ ਘਟ ਹੁੰਦੀ ਹੈ ਤਾਂ ਜਿਹੜਾ ਪਾਣੀ ਥੋੜਾ ਬਹੁਤਾ ਹੁੰਦਾ ਹੈ ਉਹਨੂੰ ਉਪਰਾਲੀ ਪੀ ਜਾਂਦੀ ਹੈ ਤੇ ਦਾਨੇ ਸੁੱਕੇ ਥਾਂ ਤੇ ਪੈ ਰਹੇ ਨੇ ਜਾਂ ਪੋਲੇ ਥਾਂ ਤੇ ਪੈ ਰਹੇ ਨੇ ਮਿੱਟੀ ਦੇ ਵਿੱਚ ਨਹੀਂ ਜਾਂਦੇ ਜਿਸ ਦੇ ਕਾਰਨ ਉਹ ਜਿਹੜੀ ਕਣਕ ਆਪਣੀ ਘਾਟ ਉਗਦੀ ਏ ਜੇਕਰ ਤੁਸੀਂ ਸਾਰੀ ਪਰਾਲੀ ਵਿੱਚ ਹੀ ਵਾਉਣਾ ਚਾਹੁੰਦੇ ਹੋ ਤਾਂ ਡੇਢ ਇੰਚ ਜਿਹੜੀ ਤੁਹਾਡੀ ਉਤਲੀ ਮਿੱਟੀ ਏ ਸਿਰਫ ਡੇਢ ਇੰਚ ਦੇ ਵਿੱਚੋਂ ਜਦੋਂ ਤੁਸੀਂ ਲੱਡੂ ਬਣਾਓ ਮਿੱਟੀ ਨੂੰ ਪੁੱਟ ਕੇ ਤੇ ਉਹ ਇਦਾਂ ਦਾ ਲੱਡੂ ਬਣਨਾ ਚਾਹੀਦਾ ਏ ਕਿ ਟੁੱਟਣਾ ਨਹੀਂ ਚਾਹੀਦਾ ਇੰਨੀ ਨਮੀ ਹੋਣੀ ਚਾਹੀਦੀ ਏ ਤਾਂ ਜਾ ਕੇ ਤੁਹਾਡੀ ਕਣਕ ਜਿਹੜੀ ਏ ਉਗੇਗੀ ਉਹਦੇ ਵਾਸਤੇ ਵੀ ਤੁਹਾਨੂੰ ਲੈਣਾ ਜਿਹੜੀਆਂ ਨੇ ਉੱਪਰ ਲੀਆਂ ਉਹ ਖਲਾਰਨੀਆਂ ਪੈਣਗੀਆਂ ਜਾਂ ਫਿਰ ਮਲਚਰ ਮਾਰਨਾ ਪਊਗਾ ਜਾਂ ਫਿਰ ਪਲਾਉ ਕਰਕੇ ਇਦਾਂ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਤਰੀਕੇ ਦੇ ਨਾਲ ਫਿਰ ਤੁਸੀਂ ਉੱਤੇ ਬੀਜ ਹੀ ਸਕਦੇ ਹੋ ਅਸਲ ਦੇ ਵਿੱਚ ਜਿਹੜਾ ਸੁਪਰ ਸੀਡਰ ਹੈ ਇਹ ਮਲਚਰ ਦੇ ਨਾਲ ਕੰਬੀਨੇਸ਼ਨ ਹੈ ਦਾ ਮਲਚਰ ਦੇ ਨਾਲ ਜੇ ਚਲਾਇਆ ਜਾਵੇ ਤਾਂ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਨੂੰ ਇਹਦੇ ਰਿਜ਼ਲਟ ਜਿਹੜੇ ਵੇਖਣ ਨੂੰ ਮਿਲਦੇ ਨੇ ਪਰ ਮਲਚਰ ਮਾਰ ਕੇ ਜ਼ਿਮੀਂਦਾਰ ਜਿਹੜੇ ਨੇ ਕੋਈ ਇਦਾਂ ਬਹੁਤ ਘੱਟ ਹੀ ਕਰਦੇ ਨੇ ਕਿ ਮਲਚਰ ਮਾਰਨ ਤੋਂ ਬਾਅਦ ਦੇ ਵਿੱਚ ਉੱਤੇ ਸੁਪਰ ਸੀਡਰ ਫੇਰਿਆ ਜਾਵੇ ਬਹੁਤੇ ਲੋਕ ਜਿਹੜੇ ਨੇ ਸਿੱਧਾ ਹੀ ਸੁਪਰ ਸੀਡਰ ਨਗਾਹ ਦਿੰਦੇ ਨੇ ਇੱਕ ਜਿਹੜਾ ਤੂੰ ਜਿਹੜਾ ਵੱਡਾ ਕਾਰਨ ਹੈ ਸੁਪਰ ਸੀਡਰ ਦੇ ਫੇਲ ਹੋਣ ਦਾ ਕੁਝ ਇਲਾਕਿਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਉਹ ਹੈ ਕਿਰਾਇਆ ਵਾਹਣ ਵਾਲੇ ਜਿਹੜੇ ਬੰਦੇ ਨੇ ਜਿਹੜਾ ਕਿਰਾਏ ਦੇ ਉੱਤੇ ਕੰਮ ਕਰਦੇ ਨੇ ਉਹ ਸੁਪਰ ਸੀਡਰ ਤਾਂ ਅੱਜ ਕੱਲ ਖੇਡ ਬਣ ਗਈ ਹੈ ਹਰ ਇੱਕ ਦੇ ਘਰ ਦੇ ਵਿੱਚ ਦੋਨੋਂ ਮੈਨੂੰ ਲੱਗਦਾ ਹੈ ਕਿ ਵੇਖਣ ਨੂੰ ਮਿਲ ਜਾਊਗਾ ਭਾਵੇਂ ਕਿਸੇ ਦੇ ਕੋਲ 2 ਸਪੀਡ ਡਾਇਰੈਕਟਰ ਹੈ ਭਾਵੇਂ ਟਰੈਕਟਰ ਨੂੰ ਤਾਂ ਵੇਂਦੇ ਨਹੀਂਗੇ ਕਿ 2 ਸਪੀਡ ਹੈ ਸਾਡਾ ਜਾਂ ਕਿਹੜਾ ਹੈ ਨਾ ਉਹਦੀ ਆਪਾਂ ਤਾਂ ਗੱਲ ਦੇਖਣੀ ਏ 50 ਹਾਸ ਪਾਵਰ ਤੋਂ ਥੱਲੇ 852 744 ਜਾਂ ਹੋਰ ਬਹੁਤ ਸਾਰੇ ਜਿੰਨੇ ਵੀ ਟਰੈਕਟਰ ਨੇ ਉਹਨਾਂ ਦੇ ਪਿੱਛੇ ਵੀ ਸੁਪਰ ਸਿੱਡਰ ਤੁਹਾਨੂੰ ਆਮ ਜਿਹੜੇ ਵੇਖਣ ਨੂੰ ਮਿਲ ਜਾਣਗੇ 2 ਸਪੀਡ ਵਾਲਿਆਂ ਦੇ ਪਿੱਛੇ ਵੀ ਪਰ ਉਹਨਾਂ ਦੇ ਪਿੱਛੇ ਪਾਉਣ ਦਾ ਕੋਈ ਮਤਲਬ ਨਹੀਂ ਬਣਦਾ ਜਾਂ ਤੇ ਸਾਰੀ ਪਰਾਲੀ ਜ਼ਿਕਰ ਵਿੱਚ ਵਾਈ ਜਾਂਦੀ ਏ ਤਾਂ ਉਹਦੇ ਵਾਸਤੇ ਕੱਲੀ 2 3 ਸਪੀਡ ਦੀ ਲੋਡ ਨਹੀਂ ਹੁੰਦੀ ਟਰੈਕਟਰ ਦੀ ਲੋਡ ਨਹੀਂ ਹੁੰਦੀ ਉਹਦੇ ਵਾਸਤੇ ਘੱਟ ਤੋਂ ਘੱਟ 60-65 ਹਾਸ ਪਾਵਰ ਦੀ ਵੀ ਲੋੜ ਹੁੰਦੀ ਏ। ਜ਼ਮੀਨ ਵਗੀ ਦੇ ਵਿੱਚ ਤਵੀਆਂ ਵਗੀਆਂ ਦੇ ਵਿੱਚ ਤਾਂ ਹਰ ਕੋਈ ਟਰੈਕਟਰ ਚਲਾ ਹੀ ਲਊਗਾ ਸੁਪਰ ਸੀਡਰ ਨੂੰ ਪਰ ਗੱਲ ਤੇ ਉੱਥੇ ਆਉਂਦੀ ਏ ਜਦੋਂ ਆਪਾਂ ਸਾਰੀ ਪਰਾਲੀ ਵਿੱਚ ਵਾਹਣੀ ਹੋਵੇ ਤਾਂ ਉੱਥੇ ਫਿਰ ਜਾ ਕੇ ਜਿਹੜੇ ਨਿੱਕੇ ਟਰੈਕਟਰ ਨੇ ਉਹਨਾਂ ਦੀ ਵਾਸ ਦੀ ਜਿਹੜੀ ਗੱਲ ਹੈ ਉਹ ਨਹੀਂ ਰਹਿ ਜਾਂਦੀ। ਇਹੋ ਹੀ ਕਾਰਨ ਹੈ ਕਿ ਕਿਰਾਏ ਕਰਨ ਵਾਲੇ ਜਿਹੜੇ ਬੰਦੇ ਨੇ ਉਹ ਇੱਕ ਤੇ ਜ਼ਿਆਦਾ ਡੂੰਘਾ ਨਹੀਂ ਲਾਉਂਦੇ ਇਹਨੂੰ ਉਤਲੀ ਉਤਲੀ ਸਦਾ ਦੇ ਵਿੱਚ ਰੱਖਦੇ ਨੇ ਉਹਦੇ ਨਾਲ ਧੁੱਪ ਪੈ ਜਾਂਦੀ ਏ ਤੇ ਧੁੱਪ ਪੈਣ ਦੇ ਨਾਲ ਉਹ ਜਿਹੜੀ ਤੁਹਾਡੀ ਥੋੜੀ ਜਿਹੀ ਮਿੱਟੀ ਉਹਨੇ ਪੁੱਟੀ ਹੁੰਦੀ ਏ ਉਹ ਸੁੱਕ ਜਾਂਦੀ ਨੇ ਬਿਲਕੁਲ ਉਦਾਂ ਹੀ ਪੈ ਰਹੇ ਨੇ ਸੁਪਰ ਸੀਡਰ ਫੇਲ ਵੀ ਉਹਨਾਂ ਉਹਨਾਂ ਇਲਾਕਿਆਂ ਦੇ ਵਿੱਚ ਹੀ ਉਹਨਾਂ ਉਹਨਾਂ ਕਿਸਾਨਾਂ ਦੇ ਕੋਲ ਹੀ ਜ਼ਿਆਦਾ ਹੋਇਆ ਹੈ ਜਿਨ੍ਹਾਂ ਨੇ ਕਿਰਾਏ ਦੇ ਉੱਤੇ ਬਜਾਈ ਕਰਵਾਈਏ ਜਿਹੜਾ ਬੰਦਾ ਆਪ ਸੁਪਰ ਸੀਡਰ ਨੂੰ ਵਾਹਦਾ ਹੈ ਆਪ ਬਜਾਈ ਕਰਦਾ ਹੈ ਉਹਦੀ ਕਣਕ ਕਦੇ ਵੀ ਘੱਟ ਤੁਹਾਨੂੰ ਉੱਗੀ ਦਿਖਾਈ ਨਹੀਂ ਦੇਊਗੀ ਕਿਉਂਕਿ ਆਮ ਇਹ ਪਿੰਡਾਂ ਦੇ ਵਿੱਚ ਹੁਣ ਚੱਲੀ ਜਾਂਦਾ ਹੈ ਕੋਈ 2000 ਰੁਪਿਆ 2200 ਜੇ ਲੈਂਦਾ ਹੈ ਤੇ ਇੱਕ ਹੋਰ ਦੂਸਰਾ ਲਿਆ ਕੇ ਮੇਰੇ ਵਰਗਾ ਉਹ ਕਹਿ ਦਿੰਦਾ ਮੈਂ 1600 ਰੁਪਿਆ ਲੈਣਾ ਮੈਂ 1500 ਲੈਣਾ ਮੇਰੇ ਕੋਲੋਂ ਬਜਾ ਪਰ ਉਹਨੇ ਫਿਰ ਜਿੰਨੀ ਵੀ 1500 ਵਾਲੀ ਹੀ ਕਿਣਕ ਹੈ ਤੇ 1500 ਦੇ ਵਿੱਚ ਤੁਹਾਡਾ ਅੱਧਾ ਕਿੱਲਾ ਹੀ ਉਗਣਾ ਹੈ ਫਿਰ ਸਾਰਾ ਕਿਲਾ ਦੇ ਉਗਣਾ ਨਹੀਂ ਗਾ ਬਹੁਤ سارے ਜਿਹੜੇ ਕਿਰਾਏ ਵਾਲੇ ਨੇ ਕਿਰਾਏ ਤੇ ਕੰਮ ਕਰਦੇ ਨੇ ਉਹ ਬਹੁਤ ਸਾਰੇ ਮੈਂ ਕਈ ਵਾਰੀ ਵੇਨਾ ਜ਼ਿੰਮੇਵਾਰਾਂ ਨੂੰ ਕਹਿਣਗੇ ਤੁਸੀਂ ਤਵੀਆਂ ਬਾਹ ਦਿਓ ਪੈਲੀ ਨੂੰ ਇੱਕ ਵਾਰੀ ਬਾਹ ਦਿਓ ਪਰਾਲੀ ਉੱਤੋਂ ਸਾੜ ਦਿਓ ਤੇ ਫਿਰ ਅਸੀਂ ਤੁਹਾਡੀ ਜਿਹੜੀ ਕਣਕ ਹੈ ਉਹ ਸੁਪਰ ਸੀਡਰ ਦੇ ਨਾਲ ਬੀਜ ਦਿਆਂਗੇ ਪਰ ਫਿਰ ਤੇ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਜੇ ਆਪਾਂ ਪਰਾਲੀ ਨੂੰ ਪੂਰਾ ਸਾੜ ਕੇ ਉਹਦੇ ਤੋਂ ਬਾਅਦ ਦੇ ਵਿੱਚ ਤਵੀਆਂ ਵਾਹ ਕੇ ਜਾਂ ਕਿਵੇਂ ਵੀ ਬਜਾਈ ਕਰਦੇ ਆ ਫਿਰ ਮਸ਼ੀਨ ਲੈਣ ਦਾ ਇੰਨਾ 14-15 ਲੱਖ ਰੁਪਈਆ ਟਰੈਕਟਰ ਦੇ ਨਾਲ ਮਸ਼ੀਨ ਦਾ ਪਾ ਕੇ ਸੁਪਰ ਸੀਡਰ ਦਾ ਆਪਾਂ ਨੂੰ ਇੰਨੇ ਪੈਸੇ ਆਉਣ ਦੀ ਲੋੜ ਹੀ ਨਹੀਂ ਗਈ ਜੇ ਆਪਾਂ ਪਰਾਲੀ ਦਾ ਹੱਲ ਹੀ ਨਹੀਂ ਕਰਨਾ ਉਹਨੂੰ ਵਿਵਸਾੜਨਾ ਹੀ ਤੇ ਪਰਾਲੀ ਸਾੜ ਕੇ ਤੇ ਫਿਰ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਤਰੀਕੇ ਹੈਗੇ ਹੀ ਨੇ ਸੋ ਇਹ ਜਿਹੜੀ ਮਸ਼ੀਨ ਹੈ ਕੰਬੀਨੇਸ਼ਨ ਹੈ ਇਹ ਮਲਚਰ ਦਾ ਮਲਚਰ ਮਾਰ ਕੇ ਜੇਕਰ ਇਹਨੂੰ ਆਪਾਂ ਚਲਾਉਨੇ ਆ ਤੇ ਵਧੀਆ ਰਿਜ਼ਲਟ ਵੇਖਣ ਨੂੰ ਮਿਲਦੇ ਨੇ ਜਾਂ ਫਿਰ ਤੁਸੀਂ ਘੱਟੋ-ਘੱਟ ਜਿਆਦੀ ਨਮੀ ਹੋਣੀ ਚਾਹੀਦੀ ਹੈ ਜ਼ਮੀਨ ਦੇ ਵਿੱਚ ਲੈਣਾ ਨੂੰ ਖਲਾਰ ਕੇ ਬਜਾਈ ਕਰ ਦਿਓ ਤਾਂ ਵੀ ਤੁਹਾਨੂੰ ਇਹਦੇ ਜਿਹੜੇ ਵਧੀਆ ਰਿਜ਼ਲਟ ਵੇਖਣ ਨੂੰ ਮਿਲ ਜਾਂਦੇ ਨੇ ਜ਼ਮੀਨ ਦੇ ਵਿੱਚ ਜੇਕਰ ਉਤਲੀ 1.5 ਇੰਚ ਮਿੱਟੀ ਵੀ ਤੁਹਾਡੀ ਸੁੱਕੀ ਏ ਤਾਂ ਕਦੇ ਵੀ ਤੁਹਾਡੀ ਕਣਕ ਜਿਹੜੀ 100% ਉਹਦੇ ਵਿੱਚ ਨਹੀਂ ਉਗੂਗੀ ਤੁਹਾਡੀ ਜ਼ਮੀਨ ਦੇ ਵਿੱਚ ਤੀਸਰਾ ਜਿਹੜਾ ਵੱਡਾ ਕਾਰਨ ਹੈ ਉਹ ਹੈ ਕਿ ਇਹਨੂੰ 3.5-4 ਇੰਚ ਤੱਕ ਜੇ ਕਰੇ ਤੁਹਾਡੀ ਜ਼ਮੀਨ ਦੇ ਵਿੱਚ ਲੱਗਦਾ ਏ ਤਾਂ ਉੱਗਣ ਦੇ ਕਣਕ ਦੇ ਚਾਂਸ ਜ਼ਿਆਦਾ ਬਣਦੇ ਨੇ ਪਰ ਜਿਹੜੇ ਕਿਰਾਏ ਵਾਲੇ ਸਿਰਫ 2.5-2.5 ਇੰਚੀ ਲਾ ਕੇ ਬਜਾਈ ਕਰ ਜਾਂਦੇ ਨੇ ਉਹ ਫਿਰ ਤੁਹਾਨੂੰ ਦਿੱਕਤ ਜਿਹੜੀ ਆਉਂਦੀ ਇਹ ਜ਼ਮੀਨ ਦੇ ਵਿੱਚ ਜੇਕਰ ਤੁਹਾਡੀ ਦੇ ਵਿੱਚ ਨਵੀਂ ਘਟ ਹੈ ਤਾਂ ਸੋ ਇਹੀ ਮੈਂ ਸੋਚਿਆ ਸੀ ਤੁਹਾਡੇ ਨਾਲ ਇਹ ਜਿਹੜੀਆਂ ਦੋ ਤਿੰਨ ਗੱਲਾਂ ਨੇ ਸਾਂਝੀਆਂ ਕੀਤੀਆਂ ਜਾਣ ਬਾਕੀ ਤੁਹਾਡੇ ਜਿਹੜੇ ਵਿਚਾਰ ਨੇ ਤੁਸੀਂ ਵੀ ਮੇਰੇ ਨਾਲ ਜ਼ਰੂਰ ਸਾਂਝੇ ਕਰਿਓ ਜੇ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਹੋਰ ਕਿਸਾਨਾਂ ਤੱਕ ਪਹੁੰਚਾ ਦਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ